ਉਹ ਸਰ ਅੱਜ ਵੀ ਅੱਜ ਕੀ ਕੀਤਾ? ਅੱਜ ਸਰ CID ਵਾਲਾ ਵੀ ਕੀਤਾ ਅਤੇ ਸਿੱਧੜੀ ਵੀ ਗਏ ਸੀ, CID ਵਾਲੀ ਸਾਰੀ ਵੈਰੀਫਿਕੇਸ਼ਨ। ਕੀ ਖਬਰ ਹੈ ਜੰਮੂ ਦੀ ਅੱਜ ਦੀ, ਕੀ ਚਲਾ ਦਾ, ਕੀ ਹੋ ਰਿਹਾ, ਕੀ ਸਮਾਜ 'ਚ ਚਲਾ ਦਾ, ਅੱਗੇ ਪਿੱਛੇ ਲੋਕਾਂ ਦੀ ਕੀ ਪਰੇਸ਼ਾਨੀਆਂ ਚਲਾ ਦੀਆਂ, ਆਮ ਲੋਕਾਂ ਦੀ ਕੀ ਟੈਕਸ? ਲਾਈਟ ਲਈ ਬੜੀ ਪ੍ਰੋਬਲਮ ਹੈ। ਅੱਜ ਉਹਨੇ ਜੀਵਲ ਨਵਾਬਾਦ ਥਾਣੇ ਦੇ ਅੰਦਰ ਜਿਹੜਾ, ਅੱਜ ਮੈਂ ਵੀ ਜਿਹੜਾ ਉੱਥੋਂ ਆ ਰਿਹਾ ਕੰਮ ਸ਼ਾਮ ਤੋਂ ਨਿਕਲੀ ਆ ਰਿਹਾ, ਮੈਂ ਦੇਖਿਆ ਰਸਤੇ 'ਚ ਕਾਫੀ ਜਗ੍ਹਾ ਗ੍ਰਾਂ 'ਚ ਬਿਜਲੀ ਬੰਦ ਸੀ। ਅੱਜ ਉਹਨੇ ਘੁੰਮਣ ਦੇ ਥੱਲੇ ਪੈਟਰੋਲ ਪੰਪ 'ਚ ਕੋਈ ਕਲੈਸ਼ ਹੁੰਦੀ ਆਪਸ ਵਿੱਚ ਹੋਇਆ, ਟਰਾਂਸਫਾਰਮ ਲਾਈਟ ਨਹੀਂ ਅਤੇ ਪੰਪ ਦੇ ਕਾਰਨ ਕੋਈ ਮਤੀ ਲਾਈਟ ਚੱਲੀ, ਉਹਦਾ ਅੱਜ ਬੜਾ ਰੋਡ ਬੰਦ ਰਹੀ 2-3 ਘੰਟੇ, ਉਹਦਾ ਬੜਾ ਇੱਕੇ ਮਸਲਾ। ਅਸ ਲੋਕ ਆਪਣੇ ਮੇਰੇ ਕੰਮੇ ਲੱਗੇ ਨੇ, ਲੇਕਿਨ ਸਮਾਜ ਦੇ ਪ੍ਰਤੀ, ਸਿਸਟਮ ਦੇ ਪ੍ਰਤੀ ਸਾਡੀ ਰਿਸਪੋਂਸਿਬਿਲਟੀ ਹਨ। ਸਰਕਾਰ ਕੀ ਜਿਹੜੇ ਲੋਕ ਬੈਠੇ ਦੇ ਵੱਡੇ ਵੱਡੇ ਲੋਕ ਸਰਕਾਰ, ਅੱਜ ਵੈਸੇ ਨੈਸ਼ਨਲ ਲੈਵਲ ਵੀ ਬੜੀ ਖਬਰ ਚਲਾ ਦੀ ਕੋਚਿੰਗ ਸੈਂਟਰ ਬਾਰੇ ਵੀ ਸੁਣਾ ਦੇ, ਕੁਛ ਕੱਲ੍ਹ ਕੋਚਿੰਗ ਸੈਂਟਰਾਂ 'ਚ ਵੀ ਬੜੀ ਪਰੇਸ਼ਾਨੀ ਬਣੀ ਦੀ ਹੈ। ਕਿ ਤੁਸੀਂ ਵੀ ਐਜੂਕੇਸ਼ਨ 'ਚ ਰਹੇ ਕਾਫੀ ਸਾਲ ਸਵੀਰੇ, ਕੀ ਕਰ ਸਕਦੇ ਹਾਂ ਅੱਜ ਅਸੀਂ ਆਪਣੇ ਸਮਾਜ 'ਚ? ਸਾਰਾ ਕੰਮ ਸਰਕਾਰ ਦਾ ਥੋੜ੍ਹੀ ਹੈ, ਸਰਕਾਰ ਤਾਂ ਬੜੀ ਲਿਮਿਟਿਡ ਜਿਹੇ ਲੋਕਾਂ ਕੰਨੇ ਇਨਵੋਲਵਡ ਹੈ। ਜਿੰਨੇ ਕੁ ਗੁਪਤਾ ਸਾਹਿਬ ਪੇਰੈਂਟਸ ਅਵੇਅਰ ਨਹੀਂ ਹੋਣਗੇ ਕਿ ਅਸ ਬੱਚੇ ਕੀ ਸਕੂਲ ਪੜ੍ਹਾ 'ਚ ਪ੍ਰੋਪਰਲੀ ਟਿਊਸ਼ਨ, ਪੇਰੈਂਟਸ ਵਿਚਾਰੇ ਕੀ ਕਰਨ? ਦੇਖੋ ਅਸ ਲੋਕ ਹੁਣ ਕਾਫੀ ਸਾਲ ਹੋਈ ਹੈ ਸਾਨੂੰ ਕੰਮ ਸ਼ੰਮ ਕਰਦੇ, ਅਸੀਂ ਦੇਖਿਆ ਸੁਣਿਆ ਸਾਰਾ, ਕੁਤੇ ਨਾ ਕੁਤੇ ਅਵੇਅਰਨੈਸ ਦੀ ਕਮੀ ਹੈ। ਅੱਛਾ, ਦੂਆ ਅਸ ਦਿਖਾ ਰਹੇ ਕਿ ਜਿਹੜੇ ਸਾਡੇ ਜੁਗੇ ਨਿਕਲਦੇ, ਸਾਡੇ ਕੇ ਬੱਚੇ ਹੈ, ਸਾਡੇ ਸਟੂਡੈਂਟ ਹੈ, ਸਾਡੇ ਜਮਾਤ ਪੜ੍ਹਦੇ ਹੈ, ਸਸ ਉਹੇ ਲੋਕ ਸਰਕਾਰ ਦੇ ਸਭ ਨੇ, ਸਾਡੇ ਕੇ ਰਿਸ਼ਤੇਦਾਰ ਨੇ ਜਾਂ ਸਾਡੇ ਕੇ ਆਪਣੇ ਦੋਸਤ ਯਾਰ ਸਾਰੇ ਸਰਕਾਰ 'ਚ, ਸਰਕਾਰ 'ਚ ਕੀ ਪਰੇਸ਼ਾਨੀ ਆਉਂਦੀ ਹੈ ਅਸੀਂ ਜਾਂ ਕੀ ਮਸਲੇ ਐਸੇ ਬਣੀ ਜਾਂਦੇ ਕਿ ਸਰਕਾਰ 'ਚ ਜਾਈਏ, ਜਿਹੜਾ ਇਨਸਾਨ ਸਰਕਾਰ 'ਚੋਂ ਬਾਹਰ ਹੈ ਉਹ ਬੜਾ ਅੱਛਾ ਸੋਚਦਾ ਕਿ ਮੈਂ ਕਿਸ ਕਰਾਂ, ਜਿਹੜੇ ਸਰਕਾਰ ਦੇ ਹਿੱਸਾ ਬਣਾ ਰਿਹਾ ਅਤੇ ਉਹ ਕਰੀ ਨਹੀਂ ਪਾ ਰਿਹਾ। ਜੰਮੂ ਕਸ਼ਮੀਰ 'ਚ ਤਾਂ ਅਸੀਂ ਕਸ਼ਮੀਰ 'ਤੇ ਮਤਾ ਸਾਰਾ ਜਾਣਾ ਨਹੀਂ ਹੈ, ਬਟ ਦੂਰੋਂ ਦੇਖੀਏ ਲੱਭਦਾ ਕਿ ਜੰਮੂ 'ਚ ਜ਼ਿਆਦਾ ਪਰੇਸ਼ਾਨੀਆਂ ਫੀਲ ਕਰਾਉਣੇ। ਬਿਲਕੁਲ, ਔਰ ਸਰਕਾਰ ਜਿਹੜੀ ਹੈ ਉਹ ਵੀ ਵਿਚਾਰੀ ਲੱਗੀ ਦੀ ਹੈ ਕੰਮ ਕਰਨੀ, ਵਿਚਾਰਾ ਮੈਂ ਤਾਂ ਬੋਲਾਂ ਕਿ ਸਰਕਾਰ ਬੇਬਸ ਲੱਭਾ ਦੀ ਵੀ ਨਹੀਂ। ਸਰ ਸਰਕਾਰ ਬੇਬਸ ਘੱਟ ਹੈ, ਲੇਕਿਨ ਦੱਸਦੀ ਜ਼ਿਆਦਾ। ਹੁਣ ਜਿਵੇਂ ਇੱਦਾਂ ਇੱਕ ਪ੍ਰਾਈਵੇਟ ਸਕੂਲ ਆ, ਉਹਨੇ ਇੱਕ ਨਵਾਂ ਕਾਨੂੰਨ ਜਾਰੀ ਕਰੀਤਾ ਕਿ CID ਵੈਰੀਫਿਕੇਸ਼ਨ ਕਰਾਓ। ਹੁਣ ਇੱਕ ਤਾਂ ਜਿਹੜੇ ਮੈਨੇਜਿੰਗ ਕਮੇਟੀ 'ਚ ਮੈਂਬਰ ਨੇ ਉਹ ਉਹਨੂੰ ਸੋਸ਼ਲ ਵਰਕਰ, ਕੋਈ ਪੈਸੇ ਨਹੀਂ ਲੈ ਰਹੇ, ਕੁਛ ਨਹੀਂ ਕਰਾ ਰਹੇ, ਉਹਦੇ 'ਚ ਹੁੰਦਾ ਫੇਸਬੁੱਕ ਦਾ ਨੰਬਰ ਦਿਓ ਜੀ, ਫੇਸਬੁੱਕ ਦੀ ID ਦਿਓ, ਤੁਹਾਡਾ ਅਕਾਊਂਟ ਕਿੱਥੇ ਹੈ, ਤੁਹਾਡੀ ਪ੍ਰੋਪਰਟੀ ਕਿੰਨੀ ਹੈ। ਹੁਣ ਫੈਮਿਲੀ 'ਚ ਕੋਈ ਵੀ ਐਸਾ ਨਹੀਂ ਕਿ ਜਿਹਦੇ ਆਪਸ ਵਿੱਚ ਰਿਲੇਸ਼ਨ ਅੱਛੇ ਨੇ ਭੈਣ ਭਰਾਵਾਂ ਦੇ, 70% ਲੋਕ ਜਿਹਦੇ ਨਹੀਂ ਅੱਛੇ। ਅੱਛਾ, ਭੈਣ ਭਰਾਵਾਂ ਡਿਟੇਲ ਦਿਓ, ਉਹਦਾ ਫੋਨ ਨੰਬਰ ਦਿਓ, ਕਿਹ ਨੌਕਰੀ ਕਰਦੇ, ਕਿਹ ਨਹੀਂ ਕਰਦੇ। ਬਾਈ, ਇੱਕ ਬੰਦਾ ਸੋਸ਼ਲ ਕੰਮ ਕਰਾਇਆ, ਕਿਸੇ ਮੈਨੇਜਿੰਗ ਕਮੇਟੀ ਦਾ ਮੈਂਬਰ ਬਣਾ ਦਾ, ਗੌਰਮੈਂਟ ਜਿਸ ਬਣਾ ਰਹੀ ਹੈ ਉਹਦਾ ਬਾਇਓਡਾਟਾ ਲਾ। ਸਮਝ ਗਿਆ ਰਾਜੇ ਭਈਆ ਕਿ ਗੌਰਮੈਂਟ ਤਾਂ ਕੰਮ ਕਰਨਾ ਚਾਹੁੰਦੀ ਹੈ, ਚਾਹੇ ਉਹ ਸਟੇਟ ਦੀ ਹੈ ਹੀ ਜਾਂ UT ਦੀ ਹੀ, ਗੌਰਮੈਂਟ ਦਾ ਤਾਂ ਕੰਮ ਹੀ ਹੈ। ਇੰਨੇ ਇੰਨੇ ਡਿਪਾਰਟਮੈਂਟ ਨੇ, ਕਮੀ ਕਿੱਥੇ ਆ ਰਹੀ? ਮੈਂ ਲੱਗਾ ਸਾਰੇ ਜਿਹੜੇ ਸਾਡੇ, ਹੁਣ ਸਾਨੂੰ ਇੱਕ ਬੜਾ ਵੱਡਾ ਮੌਕਾ ਮਿਲਦਾ, ਇਸ ਲਈ ਹਰ ਬੰਦਾ ਆਪਣਾ ਫੇਸਬੁੱਕ ਅਕਾਊਂਟ ਬਣਾਉਦਾ ਜਾਂ ਆਪਣੇ ਸੋਸ਼ਲ ਮੀਡੀਆ ਜਾਦਾ, ਆਪਣੇ ਵਿਚਾਰ ਰੱਖੀ ਸਕਦਾ। ਕੋਸ਼ਿਸ਼ ਕਰਨੇ ਆ, ਅਸ ਲੋਕ ਸ਼ਾਮੀ ਗੱਪ ਸ਼ੱਪ ਲਾਉਂਦੇ, ਚਾਹ ਸ਼ਾਹ ਪੀਂਦੇ ਹਾਂ, ਆਪਣੇ ਵਿਚਾਰ ਲੋਕ ਸੁਣਾਉਂਦੇ ਹਾਂ ਜਾਂ ਲੋਕਾਂ ਦੇ ਸੁਣਨੇ ਆ। ਬਿਲਕੁਲ, ਅਗਰ ਕਿਸੇ ਦੇ ਕੋਈ ਮਸਲੇ ਨੇ, ਅਸੀਂ ਆਪਣੇ ਤਜਰਬੇ ਕਰਨੇ ਇਸ ਫੋਰਮ ਉੱਪਰ ਗੱਪ ਸ਼ੱਪ ਲਾ ਕੇ, ਦੋਵੇਂ ਭਰਾ ਬਈਏ ਜਾਂ ਆਪਣੇ ਸਾਥੀ ਵੀ ਲਾ ਕੇ, ਦੋ ਚਾਰ ਸਲਾਹ ਦੇ ਕੇ, ਉਹਦੇ ਕਿੰਨੇ ਅਵੇਅਰਨੈਸ ਵੀ ਆਈ ਆ ਨਹੀਂ ਤਾਂ ਲੋਕਾਂ ਪਤਾ ਵੀ ਲੱਗਣਾ। ਜਿਵੇਂ ਸਲਾਹ ਦੇ ਕੇ ਸ਼ਾਮੀ ਗੱਪ ਸ਼ੱਪ ਲਾ ਕੇ ਬਈਏ 10 ਮਿੰਟ, ਅਸੀਂ ਇੱਕ ਸ਼ੋ ਸਮਝੋ ਤੁਸੀਂ, ਇੱਕ ਸਾਡੇ ਗ੍ਰਾਂ 'ਚ ਬੋਲਦੇ, ਸਾਡੇ ਸ਼ਹਿਰਾਂ 'ਚ ਬੋਲਦੇ, ਸ਼ਾਮੀ ਦੀ ਗੱਪਾਂ, ਇਹ ਗੱਪਾਂ ਲਾਈਫ ਲਾਈਨ ਇਨਸਾਨ ਦੀਆਂ, ਇਨ ਗੱਪੇ ਕੰਨੇ ਬੜੀ ਚੀਜ਼ਾਂ ਨਿਕਲੀ ਆਈ ਜਾਂਦੀਆਂ। ਅਸੀਂ ਇੱਥੇ ਬੁਲਾਗੇ, ਸਾਡੇ ਕੋਲ ਮਹਿਮਾਨ ਹੈ ਨਹੀਂ, ਉਹਨੇ ਸਾਥੀ ਉਹਨੇ ਗੱਪ ਸ਼ੱਪ ਬੁਲਾਗੇ, ਤੁਹਾਡੇ ਕਹਿੰਦੇ ਵੀ ਮੈਨੇ ਬੜੇ ਚਿਰੇ ਦਾ ਮੇਰਾ ਮਨ ਹਾਂ, ਮੈਂ ਬੜੀ ਦੇਰ ਦਾ ਲੱਗੇ ਰਿਹਾ, ਕੰਮ ਸ਼ੰਮ ਵੀ ਕੀਤਾ, ਮੈਂ ਮਿਹਨਤ ਵੀ ਕੀਤੀ। ਤੁਸੀਂ ਕਈ ਲੋਕ ਤੁਹਾਨੂੰ ਮੇਰੇ ਕੀ ਜਾਣਦੇ ਵੀ ਹੋਣੇ, ਮੀਡੀਆ ਕੰਨੇ ਜੁੜਿਆ ਰਿਹਾ, ਜੰਮੂ ਆਈਟ ਦੀ ਮੈਗਜ਼ੀਨ 'ਚ ਕੰਮ ਕੀਤਾ, ਸੰਤੂਨ ਦੇ ਕੰਨੇ ਕੰਮ ਕੀਤਾ ਮੈਂ,
ਉਹਦੇ ਬਾਅਦ ਬੜੇ ਬੜੇ ਅੱਛੇ ਜਰਨਲਿਸਟਾਂ ਕਨੇ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਕਾਫੀ ਸਾਲਾਂ 'ਚੋਂ ਲੱਗਿਆ ਦਾ ਬੜੇ ਬੜੇ ਮਸਲਿਆਂ ਉੱਪਰ ਦਿਖਿਆ ਅਸੀਂ, ਲੇਕਿਨ ਹੁਣ ਟਾਈਮ ਆਇਆ ਦਾ ਕਿ ਮੇਰਾ ਅੰਦਰੋਂ ਮਨ ਕਰਾਦਾ ਜੀ, ਉਹਦੇ ਸ਼ੌਕ ਹੋਇਆ ਮੇਰੇ ਅੰਦਰ, ਹੌਬੀ ਪੈਦਾ ਹੋਈ ਕਿ ਮੈਂ ਗੱਪਾਂ ਮਾਰਾਂ। ਔਰ ਗੱਪਾਂ ਮਾਰਦੇ ਮਾਰਦੇ ਕਈ ਚੀਜ਼ਾਂ ਐਸੀਆਂ ਸਾਹਮਣੇ ਲਿਆ ਜਿਹੜੀਆਂ ਮੀਂਹ ਠੀਕ ਲੱਗਦੀਆਂ, ਔਰ ਕਈ ਚੀਜ਼ਾਂ ਐਸੀ ਸਾਹਮਣੇ ਲਿਆ ਜਿਹੜੇ ਮੇਰੇ ਦੋਸਤਾਂ ਠੀਕ ਲੱਗਦੀਆਂ, ਕਿਉਂਕਿ ਆ ਤਾਂ ਇੱਕ ਪਰਿਵਾਰ ਕਿਹਾ ਨਾ, ਕੋਈ ਬਾਹਰ ਨਹੀਂ ਆ, ਕੋਈ ਸਾਡਾ ਪਰਸਨਲ ਐਸਾ ਏਜੰਡਾ ਨਹੀਂ ਹੋਣਾ ਇਸ ਗੱਪਸ਼ੱਪ ਦੇ, ਸਾਡੇ ਜਿਹੜੇ ਪ੍ਰੋਗਰਾਮ ਅਸੀਂ ਬੋਲ ਕੇ ਸੀ ਸ਼ੋਅ ਕਿ ਹੋਣਾ, ਅਸ ਲੋਕ ਆਪਸ ਇੱਕ ਦੂਸਰੇ ਦੇ ਅਮਦਰਦ ਦਾ ਸਾਥੀ ਹਾਂ, ਜੋ ਵੀ ਮਸਲੇ ਹਨ ਗਰਾਊਂਡ ਉੱਪਰ ਉਹ ਅਸੀਂ ਮਜ਼ਾਕ ਦੇ ਤਰੀਕੇ ਕਰਨੇ ਗੱਪ ਕੱਪ ਮਾਰ ਗਏ, ਔਰ ਉਸ ਦਾ ਕਾਫੀ ਲੋਕਾਂ ਦਾ ਮਨ ਕਰੇ ਇੱਥੇ ਆਉਣੇ ਦਾ, ਅਤੇ ਤੁਸੀਂ ਇੱਕ ਨੰਬਰ ਫਲੈਸ਼ ਹੋਣਾ, ਤੁਸੀਂ ਉੱਥੇ ਆਪਣਾ ਪਾਓ ਕਿ ਮੀਂਹ ਵੀ ਬੁਲਾਏ ਸੋਚ ਅੱਜ ਤੁਹਾਨੂੰ ਬੁਲਾਗੇ, ਗੱਪ ਸ਼ੱਪ ਮਾਰ ਕੇ, ਕਾਫੀ ਸ਼ੋਪੀ ਪੀ ਕੇ, ਅਤੇ ਤੁਸੀਂ ਆਪਣੇ ਘਰ ਆ, ਆਪਣੇ ਘਰ ਲੇਕਿਨ ਗੱਲ ਕਰਕੇ, ਗੱਲ ਕਰਕੇ ਅਫਸਰੇ ਵੀ ਬੁਲਾਗੇ, ਅਫਸਰੇ ਕਨੇ ਵੀ ਗੱਲ ਕਰਕੇ, ਜਿਹੜਾ ਨਹੀਂ ਆਏ ਨਹੀਂ ਆਏ ਅਸ ਆਪਣੀ ਗੱਲ ਸੁਣਾਉੜਗੇ, ਪਾਉੜਗੇ ਅਸ ਆਪਣੇ ਸ਼ੋਅ 'ਚ, ਜਿਹੜਾ ਦਿਖਣਾ ਚਾਹੇ ਦਿਖੇ, ਨਹੀਂ ਦਿਖਣਾ ਨਹੀਂ ਦਿਖੇ, ਬਿਲਕੁਲ। ਮਕਸਦ ਇੱਕੋ ਹੈ ਕਿ ਗਰਾਊਂਡ ਉੱਪਰ ਜੋ ਰਿਐਲਿਟੀ ਹੈ ਉਹ ਉੱਥੇ ਪੁੱਜੇ ਜਿੱਥੇ ਪਲਾਨਿੰਗ ਹੋਆ ਦੀ, ਤਾਂ ਕਿ ਪਲਾਨਿੰਗ ਦਾ ਗੈਪ ਕਵਰ ਹੋਏ। ਅਫਸਰ ਕਿ ਕਈ ਕਈ ਸਾਲ ਹੋਈ ਜਾਂਦੇ ਮੇਰੇ ਹਿਸਾਬ ਕਰਨੇ, ਆਮ ਆਟੋ 'ਚ ਚਲੇ ਦੇ, ਮੈਟਾਡੋਰ 'ਚ ਚਲੇ ਦੇ, ਆਪੇ ਗੱਡੀ ਚਲਾਏ ਦੇ, ਉਹ ਜਿਲ੍ਹੇ ਏਅਰਪੋਰਟ ਜਾਂਦੇ, ਚਾਹੇ ਉਹ ਮੰਤਰੀ ਬਣੀ ਜਾਂਦੇ, ਚਾਹੇ ਉਹ ਅਫਸਰ ਬਣੀ ਜਾਂਦੇ, ਘੁੱਗੂ ਮਾਰਦੇ ਚੱਲ ਪਈ ਏਅਰਪੋਰਟ ਦੇ ਅੰਦਰ, ਘੁੱਗੂ ਮਾਰਦੇ, ਉਹਨੇ ਆਮ ਆਦਮੀ ਦੀ ਗੱਲ ਪਤਾ ਲੱਗਦੀ ਲੋਕਲ ਲੋਕਾਂ ਕੋਲੋਂ, ਜਾਂ ਗੱਲੇ ਕੁਦੇ ਟਾਈਮ ਲੱਭੀ ਆ ਉਹਨੇ ਦੇਖ ਲਿਆ। ਮੈਨੂੰ ਲੱਗਦਾ ਕਨੈਕਟ ਕਮੀ ਹੈ, ਅਤੇ ਅਸੀਂ ਇਸ ਪ੍ਰੋਗਰਾਮ ਕਰਨੇ ਕੋਸ਼ਿਸ਼ ਕਰਦੇ ਕਿ ਅਰਥ ਨਿਊਜ਼ ਸਾਡਾ ਚੈਨਲ ਹੈ, ਅਤੇ ਅਸ ਜੰਮੂ ਕਸ਼ਮੀਰ ਦੇ ਚੈਨਲ ਹਾਂ, ਅਸੀਂ ਲੱਦਾਖ ਵੀ ਸ਼ੁਰੂ ਕੀਤੇ ਦਾ, ਮੇਰੀ ਆਪਣੀ ਕੋਈ ਪਛਾਣ ਨਹੀਂ ਹੈ, ਮੇਰੀ ਪਛਾਣ ਮੈਂ ਕਾਮ ਜੰਮੂ ਕਸ਼ਮੀਰ ਦਾ ਸ਼ਹਿਰੀ ਹਾਂ, ਖੁਸ਼ ਹੋਣਾ ਚਾਹੁੰਦਾ, ਜੰਮੂ ਦੀ ਬੈਨੀਫਿਟ ਕੇ ਲੈਣਾ ਚਾਹੁੰਦਾ। ਤੁਸੀਂ ਸੁਝਾਵ ਦਿਓ ਕਿਹੜੇ ਮਸਲੇ ਉੱਪਰ ਗੱਲ ਕਰਦੇ ਜੀ, ਅੱਜ ਅਸ ਬੈਠੇ ਦੇ ਸੁਣਨੇ ਚਾਹਿਆ ਕਿ ਕੋਚਿੰਗ ਸੈਂਟਰ ਜਿਹੜੇ ਨੇ ਉਹ ਦਿੱਲੀ 'ਚ ਕੋਈ ਹਾਦਸਾ ਹੋਇਆ, ਔਰ ਬੜੀ ਡਿਬੇਟ ਸ਼ੁਰੂ ਹੋਈ ਹੈ ਕਿ ਸਕੂਲ ਕੋਚਿੰਗ ਪੜ੍ਹਾਈ, ਲੇਕਿਨ ਸਾਹਮਣੇ ਆਉਂਦਾ ਕਿਉਂਕਿ ਅਸੀਂ ਸਕੂਲ ਕੋਲੋਂ ਜੁੜੇ ਦੇ ਲੋਕ ਹਾਂ, ਸਕੂਲ ਕਨੇ ਰਹੇ, ਸਕੂਲ ਕਨੇ ਸਾਡੀ ਵਿਵਸਥਗੀ ਰਹੀ, ਮੈਂ ਇਹ ਸਮਝ ਨਹੀਂ ਕਦੇ ਆਈ ਕਿ ਸਕੂਲ ਕੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਕੂਲ 'ਚੋਂ ਬਾਹਰ ਬੱਚੇ ਕੱਢੀਏ ਠੀਕ ਕਰਨ ਦੀ ਕੋਸ਼ਿਸ਼ ਕਰਨੇ ਕੀ ਪ੍ਰਮੋਟ ਕੀਤਾ ਗਿਆ। ਸੁਣਨੇ ਚਾਹਿਆ ਡਾਕਟਰ ਸਾਹਿਬ ਕੋਲ ਕੁਝ ਲੋਕ ਗਏ ਰਹੇ ਇਸ ਵਾਰ ਐਜੂਕੇਸ਼ਨ ਜੰਮੂ ਦੇ, ਜਿਹੜੇ ਸਾਡੇ ਹਨ ਉਹ ਆਖ ਰਹੇ ਕਿ ਪੇਰੈਂਟ ਚਾਹੁੰਦਾ ਕਿ ਬੱਚਾ ਸਕੂਲ ਨਹੀਂ ਜਾਏ, ਪੇਰੈਂਟ ਚਾਹੁੰਦਾ ਬੱਚਾ ਟਿਊਸ਼ਨ ਪੜ੍ਹੇ। ਤਾਂ ਯਾਰ ਪੇਰੈਂਟ ਕੌਣ ਹੈ? ਪੇਰੈਂਟ ਡਿਫਾਈਨ ਕਰਨਾ ਪਉਣਾ ਨਾ ਕਿ ਬੱਚਾ ਸਾਡੇ ਸਮਾਜ ਦੀ ਰਿਸਪੋਂਸਿਬਿਲਿਟੀ ਹੈ ਜਾਂ ਬੱਚਾ ਪੇਰੈਂਟ ਦੀ ਰਿਸਪੋਂਸਿਬਿਲਿਟੀ ਹੈ? ਬੱਚਾ ਸਾਡੇ ਸਾਰੇ ਦੀ ਰਿਸਪੋਂਸਿਬਿਲਿਟੀ ਹੈ, ਉਹ ਸਾਡੇ ਦੇਸ਼ ਦਾ ਫਿਊਚਰ ਹੈ, ਸਾਡੇ ਦੇਸ਼ ਦਾ ਭਵਿੱਖ ਹੈ। ਜੰਮੂ ਕਸ਼ਮੀਰ 'ਚ ਉਹਨੇ ਰੋਣਾ ਹੈ, ਉਹਨੇ ਅੱਗੇ ਵਧਣਾ ਹੈ। ਅਸੀਂ ਉਸੀ ਕਿਸੇ ਵੀ ਮਸਲੇ 'ਚ ਥੋੜ੍ਹੀ ਪਾਈ ਸਕਦੇ ਕਿ ਉਹ ਜੋ ਮਰਜ਼ੀ ਕਰੇ ਆਪਣੀ ਮਰਜ਼ੀ ਕਰਨਾ। ਅਤੇ ਤੁਹਾਡੇ ਸਾਰਿਆਂ ਦਾ ਜਿਹੜੇ ਵੀ ਲੋਕ ਸੀ ਦਿਖਗਨ ਸ਼ੋਈ ਪਸੰਦ ਕਰਗਨ ਉਹਦਾ ਵੀ ਸ਼ੁਕਰੀਆ, ਜਿਹੜੇ ਨਹੀਂ ਦਿਖੇ ਉਹਦਾ ਵੀ ਸ਼ੁਕਰੀਆ। ਬਟ ਕੋਸ਼ਿਸ਼ ਇਹ ਕਰਕੇ ਅਸ ਕਿ ਜਿੰਨੀ ਸਾਡੀ ਸਮਝ ਹੈ ਅਸ ਉਹ ਗੱਲ ਇਸ ਕਮਰੇ 'ਚ ਬਈ ਗੱਪਸ਼ੱਪ ਲਾਗੇ, ਔਰ ਮਸਲਿਆਂ ਉੱਪਰ ਗੱਲ ਘੱਟ ਕਰਕੇ, ਮੁੱਦਿਆਂ ਉੱਪਰ ਗੱਲ ਘੱਟ ਕਰਕੇ, ਸਲਿਊਸ਼ਨ ਉੱਪਰ ਗੱਲ ਕਰਕੇ ਕਿ ਐਕਚੁਅਲ ਉੱਪਰ ਕੀ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ। ਇਸ ਗੱਲ ਕੋਚਿੰਗ ਦੀ ਕਰਾ ਰਹੇ, ਸਕੂਲ 'ਚ ਪੜ੍ਹਾਈ ਅੱਛੀ ਹੋਣੀ ਚਾਹੀਦੀ, ਯੂਨੀਵਰਸਿਟੀ ਕਾਲਜ ਪੜ੍ਹਾਈ ਅੱਛੀ ਹੋਣੀ ਚਾਹੀਦੀ। ਅਗਰ ਤੁਸੀਂ ਕੋਈ ਸੋਚਿਆ ਕਿ ਅਸੀਂ ਕੰਪੀਟੀਸ਼ਨ ਕਰਾਉਣਾ, ਅਤੇ ਕੰਪੀਟੀਸ਼ਨ ਕੀ ਬੜੇ ਅੱਛੇ ਤਰੀਕੇ ਨਾਲ ਡਿਜ਼ਾਈਨ ਕੀਤਾ ਜਾ ਸਕਦਾ, ਉਹਦੇ ਐਕਸਪਰਟਸ ਕੀ ਬੁਲਾਈ ਲਓ ਕਿ ਅਸੀਂ ਕਿੰਨੇ ਬੱਚੇ ਲੈਣੇ ਨੇ, ਡਾਕਟਰ ਬਣਾਉਣੇ ਨੇ, ਕਿੰਨੇ ਬੱਚੇ ਟੈਸਟ ਲੈਣਾ, ਕਿਸ ਕਿਸਮ ਦਾ ਸਿਲੇਬਸ ਅਸੀਂ ਬਣਾਉਣਾ ਜਿਹਦੇ ਕਰਨੇ ਕਿ ਫੈਕਟ ਸਾਹਮਣੇ ਆਏ। ਅਗਰ ਅਸੀਂ ਬਿਊਰੋਕਰੇਟ ਚਾਹੀਦੇ, ਅਸੀਂ UPSC ਵਾਲਾ ਕੋਈ ਫੋਰਮ ਬਣਾਉਣਾ, ਉਹਦੇ 'ਚ ਕਮਿਸ਼ਨ ਸੈਕਟਰੀ ਚਾਹੀਦੇ ਜਿਹਨੇ ਅੱਗੇ ਚੀਜ਼ ਦੇਸ਼ ਚਲਾਉਣਾ, ਉਹਨੇ ਕੀ ਇਹ ਗਰੂਮ ਕੀਤਾ ਜਾਏ।
ਕਿਹੜੇ ਤਰੀਕੇ ਕੰਨੇ ਕੰਮ ਕੀਤਾ ਜਾਏ, ਸੁਝਾਵ ਲੈਣੇ। ਹਰ ਆਦਮੀ ਜੰਮੂ ਕਸ਼ਮੀਰ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਸੁਝਾਵ ਦੇਣੇ ਤਿਆਰ ਬੈਠੇ, ਸੁਝਾਵ ਲੋਕਾਂ ਤੱਕ ਪਹੁੰਚਾਉਣੇ। ਅਤੇ ਇਹ ਜਿਹੜੀ ਸਾਡੀ ਗੱਪਸ਼ਪ ਚੱਲਦੀ ਰਹੋਣੀ, ਸਾ ਮਹੀਨੇ 'ਚ, ਹਫ਼ਤਾ 'ਚ 10-12-20 ਵਾਰੀ, ਜਿੰਨੇ ਸਾਨੂੰ ਟਾਈਮ ਲੱਗੇ ਗੱਪ ਲੱਗ ਗਏ, ਲੇਕਿਨ ਤੁਸੀਂ ਲੋਕਾਂ ਆਪਣੇ ਸੁਝਾਵ ਇਹਦੇ 'ਚ ਪਾਉਣੇ। ਤੁਸੀਂ ਲੋਕਾਂ ਸਾਨੂੰ ਸੁਣਾਉਣਾ ਕਿ ਕਿਸ ਅੱਜ ਤੁਸੀਂ ਕੋਹਦੇ ਉੱਪਰ ਗੱਪਾਂ ਲਾਓ। ਦੋ ਦਿਨ ਪਹਿਲਾਂ ਸੁਣਾਓਗੇ ਤਾਂ ਅਸ ਹੋ ਸਕਦਾ ਤੁਸੀਂ ਕੁਛ ਆਖੋ ਕਿ ਸਾਹਿਬ ਕੀ ਬੁਲਾਏ ਲਓ, ਕੋਈ ਡਾਕਟਰ ਕੀ ਬੁਲਾਏ ਲਓ, ਕੁਛ ਅਫਸਰ ਕੀ ਬੁਲਾਏ ਲਓ, ਕੁਛ ਡੀਸੀ ਸਾਹਿਬ ਕੀ ਬੁਲਾਏ ਲਓ, ਬੁਲਾਏ ਲੱਗੇ। ਤੁਹਾਨੂੰ ਸੁਣਾ ਕੇ ਵੀ ਇਹ ਸਾਦਾ ਭੇਜਿਆ, ਆਏ ਨਹੀਂ ਆਏ, ਨਹੀਂ ਆਏ ਆਪਣੇ ਤਰਫੋਂ ਉਹਦੀ ਉਹਦੀ ਗੱਲ ਸਮਝੀ ਲੱਗੇ, ਗੱਲ ਕਰਨ ਲੱਗੇ, ਆਈ ਆਂਗਨ ਅਤੇ ਬੜੀ ਅੱਛੀ ਗੱਲ ਹੈ, ਤੁਹਾਡੇ ਸਾਹਮਣੇ ਗੱਲ ਕਰਨ, ਕਿਉਂਕਿ ਆਉਣਾ ਚਾਹੀਦਾ, ਅਫਸਰਾਂ ਹੀ ਆਉਣਾ ਚਾਹੀਦਾ, ਗੱਲ ਕਰਨੀ ਚਾਹੀਦੀ, ਸਵਾਲ ਜਵਾਬ ਸੁਣਨੇ ਚਾਹੀਦੇ। ਔਰ ਅਰਥ ਨਿਊਜ਼ ਦੀ ਜਿਹੜੀ ਸਾਰੇ ਪ੍ਰਯਾਸ ਹੈ, ਇਸੀ ਅਸ ਵਧਾਉਣ ਦੀ ਕੋਸ਼ਿਸ਼ ਕਰੀਏ। ਤੁਹਾਡੇ ਸਾਰਿਆਂ ਦਾ, ਜਿਹੜੇ ਵੀ ਲੋਕ ਇਸੀ ਕਲਿੱਕ ਕਰਨ ਦੇਖਣ, ਸ਼ੁਕਰੀਆ। ਮੈਂ ਬਿਲਕੁਲ ਨਹੀਂ ਆਗਾ, ਸਬਸਕ੍ਰਾਈਬ ਕਰੋ ਚੈਨਲ ਕੀ, ਲਾਈਕ ਕਰੋ, ਇਹ ਸਾਡਾ ਮਨ ਹੈ, ਮੇਰੀ ਖੁਸ਼ੀ ਹੈ। ਜਿਵੇਂ ਇੱਕ ਪੇਂਟਰ ਇੱਕ ਪੇਂਟਿੰਗ ਬਣਾਉਂਦਾ, ਉਹ ਨਹੀਂ ਦਿਖਦਾ ਕਿ ਕੌਣ ਲਾਈਕ ਕਰੇ ਕੌਣ ਨਹੀਂ ਲਾਈਕ ਕਰੇ। ਮੇਰਾ ਮਨ ਕਰਾ ਦਾ ਕਿ ਮੈਂ ਇਹ ਕਰਾਂ, ਮੇਰਾ ਮਨ ਕਰਾ ਦਾ ਕਿ ਮੈਂ ਇੱਥੇ ਲੋਕਾਂ ਸੱਦਾਂ, ਇੱਥੇ ਉਹਦੇ ਕੰਨੇ ਗੱਲ ਕਰਾਂ, ਮੈਂ ਇੰਜੀਨੀਅਰ ਹੀ ਬੁਲਾਈਏ ਪੁੱਛਾਂ ਕਿ ਬਈ ਪਾਣੀ ਕੀ ਇਕੱਠਾ ਹੋ ਰਿਹਾ, ਮੈਂ ਟੀਚਰਾਂ ਹੀ ਬੁਲਾਈਏ ਪੁੱਛਾਂ, ਅਫਸਰਾਂ ਹੀ ਬੁਲਾਈਏ ਪੁੱਛਾਂ ਬਈ ਕੋਚਿੰਗ ਦੀ ਕਿਹੜੀ ਜ਼ਰੂਰਤ ਹੈ, ਜਿਵੇਂ ਸਾਡੇ ਇੰਨੇ ਸਕੂਲ ਇੰਨਾ ਸਿਸਟਮ ਹੈ, ਉਹਨੇ ਪੁੱਛਾਂ। ਮੈਂ ਇੱਥੇ ਬੁਲਾਈਏ ਰੈਵਨਿਊ ਵਾਲੇ ਪੁੱਛਾਂ ਕਿ ਬਈ ਕਿਉਂ ਇੱਕ ਬੰਦੇ ਦੀ ਰਜਿਸਟਰੀਆਂ ਇੰਨੀ ਇੰਨੀ ਲੇਟ ਹੁੰਦੀ ਆ। ਮੈਂ ਇੰਡਸਟਰੀ ਵਾਲੇ ਪੁੱਛਣਾ ਚਾਹੁੰਦਾ ਕਿ ਬਈ ਐਸਾ ਕੀ ਮਸਲਾ ਤੁਹਾਡਾ, ਤਾਂ ਕਿ ਇੱਥੇ ਵੀ ਇਹ ਸੋਲਿਊਸ਼ਨ ਕੱਢ ਜੇ, ਔਰ ਜਿਹੜੇ ਲੋਕ ਪਲਾਨਿੰਗ ਕਰਾ ਰਹੇ ਉਹਨੇ ਬੜੇ ਸਿੰਪਲ ਤਰੀਕੇ ਕਰਨੇ ਪਲਾਨਿੰਗ ਪੁੱਜੇ। ਆਈ ਕੈਨ ਟੋਕ ਇਨ ਇੰਗਲਿਸ਼, ਆਈ ਕੈਨ ਸਪੀਕ ਇਨ ਹਿੰਦੀ, ਬਟ ਪ੍ਰੈਫਰੇਬਲੀ ਆਈ ਵਾਂਟ ਟੂ ਟੋਕ ਇਨ ਡੋਗਰੀ। ਮੈਂ ਡੋਗਰੀ ਵਾਸਤੇ ਬੋਲਣਾ ਚਾਹੁੰਦਾ ਕਿ ਆਪਣਾਪਣ ਲੱਗਾ ਰਹਾ ਕਿ ਜੰਮੂ ਦੇ ਲੋਕ ਸਾਡੇ ਜਿਹੜੇ ਨੇ ਉਹਦੇ ਕੋਲ ਬੜੇ ਬੜੇ ਅੱਛੇ ਪਲੇਟਫਾਰਮ ਨੇ, ਬੜੇ ਬੜੇ ਅੱਛੇ ਚੈਨਲ, ਲੇਕਿਨ ਡੋਗਰੀ 'ਚ ਗੱਲ ਕਰਨੇ ਕਹਿੰਦੀ ਤਾਕਤ ਨਹੀਂ ਆਉਂਦੀ, ਆਪਣਾਪਣ ਲੱਗਾ ਰਹਾ। ਬਾਕੀ ਅਸੀਂ ਹਿੰਦੀ ਵੀ ਬੋਲਣੀ, ਡੋਗਰੀ ਵੀ ਬੋਲਣੀ, ਕਸ਼ਮੀਰੀ ਵੀ ਸਿੱਖੇ ਲੱਗੇ, ਲੱਦਾਖੀ ਵੀ ਸਿੱਖੇ ਲੱਗੇ, ਲੇਕਿਨ ਇਹ ਜਿਹੜਾ ਅਸੀਂ ਪ੍ਰੋਗਰਾਮ ਹੁਣ ਸਟਾਰਟ ਕੀਤਾ, ਸ਼ਿਵੰਗ ਸਤਿ ਗੁਪਤਾ ਮੇਰਾ ਨਾਂ ਹੈ, ਸੱਤ ਸ਼ਿਵੰਗ ਸਤਿ ਗੁਪਤਾ ਸਵਾਮੀ ਜੀ ਵੀ ਬੋਲਦੇ ਨੇ, ਅਤੇ ਜਿਸ ਵੀ ਨਾਗ ਨੇ ਤੁਸੀਂ ਬੁਲਾਉਣਾ ਹੋਏ, ਸਾਡੇ ਰਾਜਾ ਭਈਆ ਨੇ, ਇਹਦਾ ਸੂਰ ਸਿੰਘ ਜਵਾਲ ਨਾਂ ਹੈ, ਸ਼ਾਮੀ ਅਸ ਕੋਲ ਕੰਮ ਸ਼ਾਮ ਕਰੀ ਆਉਂਦੇ, ਗੱਪ ਲੱਗੇ ਅਤੇ ਵਿੱਚ ਕੁਸੇ ਕੁਸੇ ਬੰਦੇ ਲੱਗੇ, ਗੱਪਾਂ ਛੱਪਾਂ ਲੱਗ ਗਏ, ਤੁਸੀਂ ਥੱਲੇ ਕਮੈਂਟ ਪਾਈਏ ਦੱਸੋ ਕਿਹਦੇ ਉੱਪਰ ਗੱਪ ਲਾਉਣੀ। ਅਤੇ ਜੰਮੂ ਦੇ ਲੋਕਾਂ ਵਾਸਤੇ, ਜੰਮੂ ਕਸ਼ਮੀਰ ਲੱਦਾਖ ਦੇ ਲੋਕਾਂ ਵਾਸਤੇ, ਔਰ ਅਫਸਰਾਂ ਵਾਸਤੇ ਵੀ, ਅਸ ਜਿਹੜੇ ਉਹ ਕਦੇ ਅਸਾਂ ਨੇ ਨਹੀਂ ਹੋਰ ਕੇ ਗੱਪਾਂ ਨੇ ਬਈ ਅੱਜ ਦੀਆਂ, ਜਿਹੜੀਆਂ ਗੱਪਾਂ ਘਰੇ 'ਚ ਚਲਾ ਦੀਆਂ, ਜਿਹੜੀਆਂ ਗੱਪਾਂ ਨੁਕੜੇ 'ਚ ਚਲਾ ਦੀਆਂ, ਉਹ ਅਸ ਕੋਸ਼ਿਸ਼ ਕਰਕੇ ਕਿ ਬੜੇ ਰਿਫਾਈਨ ਤਰੀਕੇ ਕਰਨੇ, ਇੱਕ ਸੁਲਝੇ ਦੇ ਤਰੀਕੇ ਕਰਨੇ ਲੋਕਾਂ 'ਚ ਰੱਖੇ, ਕਿਉਂਕਿ ਚੇਂਜ ਲਿਆਉਣੇ ਦਾ ਪੂਰੀ ਰਿਸਪੋਂਸੀਬਿਲਿਟੀ ਲੋਕਾਂ ਦੀ ਹੈ। ਜਿੰਨੇ ਲੋਕ ਅਵੇਅਰ ਹੋਣਗੇ, ਜਿੰਨੇ ਲੋਕ ਸੱਚ ਪਤਾ ਹੋਊ, ਉਸੇ ਤਰੀਕੇ ਕਰਨੇ ਉਹ ਲੋਕ ਉਹਦਾ ਇਸਤੇਮਾਲ ਕਰਨ, ਅਤੇ ਜਿੰਨੇ ਲੋਕ ਪਤਾ ਹੋ ਕਿ ਉਹ ਡੀਸੀ ਸਾਹਿਬ ਸਾਹਿਬ ਨਹੀਂ ਹੈ, ਡਿਸਟ੍ਰਿਕਟ ਡਿਵੈਲਪਮੈਂਟ ਕਮਿਸ਼ਨਰ ਹੈ, ਤਾਂ ਅੱਜ ਵਕੀਲੇ ਵੀ ਪੁੱਛ ਗਏ ਬਈ ਉਹਦੇ ਡਿਊਟੀਆਂ ਕੀ ਨੇ, ਅਸੀਂ ਤਾਂ ਬੁਲਾਈਏ ਪੁੱਛ ਗਏ ਬਈ ਡੀਸੀ ਸਾਹਿਬ ਤੁਹਾਡੀ ਡਿਊਟੀ ਕੀ ਹੈ। ਬਿਲਕੁਲ, ਅਤੇ ਡੀਸੀ ਸਾਹਿਬ ਨਹੀਂ ਦਿਖਣ, ਨਹੀਂ ਦਿਖਣ ਪ੍ਰੋਗਰਾਮ, ਜਨਤਾ ਦਿਖਾ ਕੋ ਨਹੀਂ ਪ੍ਰੋਗਰਾਮ, ਅਤੇ ਅਗਰ ਕਿਸੇ ਨੇ ਪੇਪਰ ਪਾਸ ਕੀਤੇ ਡੀਸੀ ਬਣਨੇ ਆਸੇ ਕੀਤੇ, ਤਾਂ ਅਫਸਰ ਬਣੇ ਥੋੜ੍ਹੀ ਕੀਤੇ, ਉਹਨੇ ਸੇਵਾ ਕਰਨੇ ਆਸੇ ਕੀਤੇ। ਬਿਲਕੁਲ, ਠੀਕ ਹੈ ਨਾ, ਔਰ ਅਸੀਂ ਦੇਖਗੇ ਕਿ ਕਿਹੜੇ ਕਿਹੜੇ ਅਫਸਰ ਨੇ, ਕਿਹੜਾ ਕਿਹੜਾ ਬੰਗਲਾ ਰੱਖਿਆ ਦਾ, ਕੁੱਤੇ ਪਾਲਣੇ ਆਸੇ, ਜੰਮੂ 'ਚ ਵੀ ਰੱਖਿਆ, ਤੁਸੀਂ ਦੋ ਇਹਦੇ ਸਸਪੈਂਡ ਕੀਤਾ, ਜੰਮੂ 'ਚ ਵੀ ਹਨ ਅਫਸਰ ਕੋਲ ਬੰਗਲੇ। ਅਸੀਂ ਪਹਿਲੇ ਇੱਥੇ ਸ਼ੋਰੂਮ 'ਚ ਇੱਥੇ ਅਸੀਂ ਇੱਥੇ ਬਈ ਗੱਪ ਲੱਗ ਗਏ, ਤਾਂ ਕਿ ਦੇਖੋ ਆਮ ਆਦਮੀ ਆਮ ਨਹੀਂ ਹੈ, ਆਮ ਆਦਮੀ ਖਾਸ ਹੈ। ਆਮ ਆਦਮੀ ਦੇ ਸਿਰ ਪਰ ਜਿਹੜੇ ਲੋਕ ਕੰਮ ਕਰਾ ਦੇ ਉਹ ਲੋਕ ਆਮ ਨੇ, ਅਤੇ ਅਸੀਂ ਆਪਣੇ ਆਪ ਕੀ ਡੈਡੀਕੇਟ ਕੀਤਾ ਹੁਣ ਇਸ ਲਾਈਨ 'ਚ, ਜਿਸ ਅੱਜ ਮੀਡੀਆ ਬੋਲਣੇ, ਬੜੇ ਬੜੇ ਸਿਆਣੇ ਲੋਕ ਇਸ ਮੀਡੀਆ 'ਚ ਕੰਮ ਕਰੀਏ ਗਏ, ਮੇਰੀ ਸਾਰੇ ਹੀ ਨਮਸਕਾਰ, ਸਾਰੇ ਮੇਰਾ ਤੁਸੀਂ ਬੋਲ ਦੇਣਾ, ਓਪਨ ਇਨਵੀਟੇਸ਼ਨ ਹੈ ਕਿ ਗਾਂਧੀਨਗਰ ਅਸ ਲੋਕ ਬਣਨੇ 10 ਮਿੰਟ, ਤੁਸੀਂ ਆਪਣਾ ਆਪਣਾ
ਜਿਹੜਾ ਵੀ ਤੁਹਾਡਾ ਮਨ ਹੈ ਗੱਪ ਸ਼ੱਪ ਲੱਗੇ, ਔਰ ਇਸ 10-20 ਮਿੰਟ ਦੀ ਇਸ ਗੱਪ ਚਰਚਾ 'ਚ ਅਸੀਂ ਕਈ ਮੁੱਦੇ ਅਸੀਂ ਚੁੱਕ ਗਏ, ਅੱਜ ਅਸੀਂ ਜਨਰਲ ਗੱਲ ਕੀਤੀ, ਥੋੜ੍ਹੇ ਦਿਨ ਬਾਅਦ ਅਸੀਂ ਹੋਰ ਸਿੱਖੀ ਅੱਗੇ ਸਮਝਦਾਰ ਹੋਈ ਆ ਕੇ ਸਾਰੀਆਂ ਗੱਲਾਂ ਕਰਕੇ ਫਿਰ ਤਾਂ ਅਸੀਂ ਇੱਧਰ ਉੱਧਰ ਦੀ ਗੱਲਾਂ ਕਰਨੀਆਂ ਹਨ। ਬਿਲਕੁਲ, ਜੈ ਮਾਤਾ।